ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਉਸ ਦਾ ਲੈਸਨ ਨੰਬਰ 5 ਜੋ ਕਿ ਪੋਇਮ ਹੈ ਤੇ ਉਸ ਦਾ ਸਰਲੇਖ ਹੈ ਡੋਨਟ ਕੁਇਟ ਤੇ ਤੁਹਾਡੀ ਕਿਤਾਬ ਵਿੱਚ ਬੱਚਿਓ ਇੱਕ ਫੋਟੋਗ੍ਰਾਫ ਬਣੀ ਹੋਈ ਹੈ ਉੱਚ ਲਿਖਿਆ ਡੋਨਟ ਕੁਇਟ ਦਾ ਕਰਕੇ ਤੇ ਨਾਲ ਇੱਥੇ ਨਾ ਇੱਦਾਂ ਕਾਟਾ ਕਰ ਦਿੱਤਾ ਇੱਥੇ ਸੋ ਜੇ ਲਈ ਤੁਸੀਂ ਇਹਨੂੰ ਕੱਟ ਦਿਓ ਇਹਨੂੰ ਹਟਾ ਦਿਓ ਤੇ ਕੀ ਬਣ ਜਾਂਦਾ ਡੂ ਇਟ ਅਰਥਾਤ ਇਹਨੂੰ ਕਰੋ ਤੇ ਡੋਂਟ ਕੁਇਟ ਹੈ ਕੀ ਹੈ ਅਰਥਾਤ ਹਿੰਮਤ ਨਾ ਹਾਰੋ ਹੌਸਲਾ ਨਾ ਛੱਡੋ ਦਿਲ ਨਾ ਹਾਰੋ ਮੈਦਾਨ ਨਾ ਛੱਡੋ ਹਥਿਆਰ ਨਾ ਸੁੱਟੋ ਡੋਂਟ ਕੁਇਟ ਕੁਇਟ ਮਤਲਬ ਇਹਦੇ ਹੋਰ ਮਤਲਬ ਵੀ ਹੁੰਦੇ ਨੇ ਜਿਦਾ ਅਸਤੀਫਾ ਦੇ ਲੈਣਾ ਕੋਈ ਕੰਮ ਕਰਨਾ ਛੱਡ ਦੇਣਾ ਜੀਤੋ ਦੀ ਚਲੇ ਜਾਣਾ ਕੋਈ ਨੌਕਰੀ ਛੱਡ ਦੇਣੀ ਤੇ ਡੋਂਟ ਕੁਇਟ ਅਸੀਂ ਤਾਂ ਵਰਤਦੇ ਆ ਜਦੋਂ ਬੰਦਾ ਕੋਈ ਜਦੋਜਾਦ ਕਰ ਰਿਹਾ ਹੈ ਤੇ ਉਹਨੂੰ ਹੱਲਾਸ਼ੇਰੀ ਦੇਣੀ ਹੋਵੇ ਵੀ ਡੋਂਟ ਕੁਇਟ ਵੀ ਹਿੰਮਤ ਨਾਲ ਹਾਰ ਡਟਿਆ ਰਹਿ। ਸੋ ਇਹਨਾਂ ਨੇ ਕੀ ਕੀਤਾ ਇੱਕ ਬੜੀ ਵਧੀਆ ਗੱਲ ਹੈ ਡੋਂਟ ਕੁਇਟ ਵਿੱਚ ਉਹਨਾਂ ਨੇ ਇਹ ਚੀਜ਼ ਨੂੰ ਰੰਗ ਦੇ ਕੇ ਤੇ ਇਧਰੋਂ ਹਟਾਤਾ ਤੇ ਬਣਿਆ ਡੂ ਇਟ ਅਰਥਾਤ ਡੋਂਟ ਕੁਇਟ ਡੂ ਇਟ ਮੈਦਾਨ ਨਾ ਛੱਡ ਇਹਨੂੰ ਕਰ। ਸੋ ਅਸੀਂ ਇਸ ਕਵਿਤਾ ਦੀ ਬੱਚੋ ਰੀਡਿੰਗ ਅਤੇ ਐਕਸਪਲੇਨੇਸ਼ਨ ਉਹਨੂੰ ਸਮਝਾਉਣਾ ਕਰਾਂਗੇ। ਉਹਦੀ ਟ੍ਰਾਂਸਲੇਸ਼ਨ ਕਰਾਂਗੇ। ਨੋਟਬੁੱਕ ਅਤੇ ਪੈਨ ਲੈ ਲਓ। ਬੜੇ ਧਿਆਨ ਨਾਲ ਸੁਣੋ ਵੀਡੀਓ ਪਾਜ਼ ਕਰਕੇ ਜਿਹੜੇ ਮੈਂ ਤੁਹਾਨੂੰ ਵਿੱਚ ਮੁਹਾਵਰੇ ਆਣਗੇ। ਸ਼ਬਦਾਂ ਦੇ ਮੈਂ ਉਹਨਾਂ ਦੇ ਅਰਥ ਦੱਸਾਂਗਾ ਉਹ ਤੁਸੀਂ ਨਾਲ ਦੇ ਨਾਲ ਪੰਜਾਬੀ ਵਿੱਚ ਆਪਣੀ ਨੋਟਬੁੱਕ ਵਿੱਚ ਉਹਨਾਂ ਨੂੰ ਨੋਟ ਕਰ ਲੈਣਾ ਹੈ ਆਓ ਸ਼ੁਰੂ ਕਰੀਏ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਦੱਸਦਾ ਹਾਂ ਬੱਚਿਓ ਕਿ ਇਸੇ ਚੈਨਲ ਦੇ ਉੱਤੇ 8ਵੀਂ ਜਮਾਤ ਦੀਆਂ ਤਿੰਨ ਪਲੇਲਿਸਟਾਂ ਹੋ ਰਹੀਆਂ ਹਨ ਇੱਕ ਹੈਗੀ ਹੈ 8th math ਜਿਸ ਤੁਹਾਡੀ ਮੈਥ ਦੀ ਕਿਤਾਬ ਸਾਰੀ ਹੱਲ ਕਰਕੇ ਪਾਈ ਹੋਈ ਹੈ ਦੂਜੀ ਹੈਗੀ 8th math notes ਜਿਹਦੇ ਵਿੱਚ ਮੈਥ ਦੇ ਸਾਰੇ ਸਿਧਾਂਤ ਸਮਝਾਏ ਗਏ ਨੇ ਤੁਹਾਡੇ ਸਿਲੇਬਸ ਦੇ ਤੇ ਤੀਜੀ ਹੈਗੀ 8th ਸਾਇੰਸ ਜਿਹਦੇ ਵਿੱਚ ਸਾਇੰਸ ਦੇ ਚੈਪਟਰ ਦੇ ਨੋਟਸ ਤੇ ਉਹਦੀ ਸਾਰੀ ਐਕਸਰਸਾਈਜ਼ ਹੱਲ ਕਰਕੇ ਪਾਈਆਂ ਗਈਆਂ ਨੇ ਸੋ ਤੁਸੀਂ ਮੈਥ ਔਰ ਸਾਇੰਸ ਦਾ ਲਾਹਾ ਵੀ ਇਸੇ ਚੈਨਲ ਤੋਂ ਲੈ ਸਕਦੇ ਹੋ ਸੋ ਆ ਦੇਖੀ ਕਵਿਤਾ ਅੱਜ ਦਾ ਸ਼ੁਰੂ ਹੁੰਦੀ ਡੋਂਟ ਕੁਇਟ ਵੈਨ ਥਿੰਗਸ ਗੋ ਰੋਂਗ ਥਿੰਗਸ ਗੋ ਰੋਂਗ ਹੁਣ ਲਿਖ ਲਓ ਥਿੰਗਸ ਗੋ ਰੋਂਗ ਦਾ ਮਤਲਬ ਹੁੰਦਾ ਵੀ ਜਦੋਂ ਕੰਮ ਤੁਹਾਡੇ ਹਿਸਾਬ ਦੇ ਨਾਲ ਨਾ ਹੋਵੇ ਜਿੱਦਾਂ ਤੁਸੀਂ ਚਿਤਵਿਆ ਹੋਵੇ ਜਿੱਦਾਂ ਵਿਉਂਤਬੰਦੀ ਕੀਤੀ ਹੋਵੇ ਕਿਵੇਂ ਇਦਾਂ ਕਰਾਂਗਾ ਫੇਰ ਇਦਾਂ ਕਰਾਂਗਾ ਤੇ ਕੋਈ ਪਾਸਾ ਪੁੱਠਾ ਪੈ ਜਾਏ so when things go wrong mulki paasa jadon puttha peh jaye as they sometimes will jo ki kadi kadi hoyega arthat ae aasni rakhni chahidi ki jidda main socha e udda hi hoye koi na koi gall putthi peh sakdi hai as they sometimes will kadi kadi idda hoyega zarur ki tvaade hisab de naal gallan na hon waindi road you are trudging ਇਦੋਂ ਟਰਜਿੰਗ ਦਾ ਸੀ ਮਤਲਬ ਦੱਸਿਆ ਨੇ ਟਰਜਿੰਗ ਹੁੰਦਾ ਹੈ ਕਿ ਔਖੇ ਹੋ ਕੇ ਤੁਰਨਾ ਜਿਵੇਂ ਚੜਾਈ ਹੋਵੇ ਜਾਂ ਥਕੇ ਹੋਆ ਹੋਵੇ ਜਾਂ ਰੇਤਾਂ ਦੇ ਵਿੱਚ ਤੁਰਨਾ ਜਾਂ ਜਿੱਦਾਂ ਚਿੱਕੜ ਵਿੱਚ ਤੁਰਨਾ ਜਿੱਥੇ ਲਾਂਗ ਪਟਣੀ ਔਖੀ ਹੋ ਜਾਏ ਠੀਕ ਹੈ ਤਾਂ ਸੀਮਸ 올 ਅਪ ਹਿਲ ਅਪ ਹਿਲ ਹੁੰਦਾ ਚੜਾਈ ਹਿਲ ਮੈਨੇ ਪਹਾੜੀ ਅਪ ਹਿਲ ਅਪ ਹਿਲ ਮੈਨੇ ਉੱਪਰਲੀ ਚੜਾਈ ਤੇ ਡਾਊਨ ਹਿਲ ਹੋ ਜਾਂਦਾ ਥਲੜੀ ਢਾਲ ਕਹਿੰਦੇ ਵੈਂਦੀ ਰੋਡ ਯੂ ਆ ਟਰਜਿੰਗ ਅਰਥਾਤ ਜਿਹੜੀ ਰਾਹ ਤੇ ਤੁਸੀਂ ਤੁਰੇ ਹੋਏ ਹੋ ਅੱਖੇ ਹੋ ਕੇ ਤੇ ਉਹ ਰਾਹ ਇਵੇਂ ਲੱਗਦਾ ਜਿਵੇਂ ਤੁਸੀਂ ਚੜਾਈ ਛੜਦੇ ਪਏ ਹੋ ਉੰਜ ਦੇ ਬੱਚੇ ਚੜਾਈ ਛੜਦੇ ਆ ਸਾਹ ਵੀ ਚੜਦਾ ਹੈ ਥਕੇਮਾ ਵੀ ਹੁੰਦਾ ਹੈ ਪਸੀਨਾ ਵੀ ਹੁੰਦਾ ਹੈ ਜੇ ਅਸੀਂ ਪੱਧਰੀ ਸੜਕ ਤੇ ਤੁਰੀਏ ਫੇਰ ਤੁਰਨਾ ਸੌਖਾ ਹੈ ਜੇ ਚੜਾਈ ਤੇ ਚੜੀ ਹੈ ਤੇ ਔਖਾ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਰਾਹ ਤੁਸੀਂ ਫੜਿਆ ਹੈ ਉਹ ਇਵੇਂ ਜਾਪੇ ਕਿ ਜਿਵੇਂ ਤੁਸੀਂ ਚੜਾਈ ਛੜਦੇ ਪਏ ਹੋ ਅਰਥਾਤ ਉਹ ਕੰਮ ਤੁਹਾਨੂੰ ਔਖਾ ਜਾਪਦਾ ਪਿਆ ਹੈ ਵੈਂਦੀ ਫੰਡਸ ਆਰ ਲੋ ਫੰਡਸ ਹੁੰਦਾ ਬੱਚਿਓ ਮਾਲਸਬਾਗ ਪੈਸਾ سرمਾਇਆ ਸੋ ਕਹਿੰਦੇ ਜਦੋਂ ਵੈਂਦੀ ਫੰਡਸ ਆਰ ਲੋ ਜਦੋਂ ਵਿੱਤੀ ਹਾਲਤ ਵੀ ਤੁਹਾਡੀ ਪਤਲੀ ਹੋਵੇ ਲੋਗ ਨੇ ਘਟਨੇ ਪੈਸੇ ਘਟਨੇ ਐਂਡ ਦੀ ਡੈਟਸ ਆਰ ਹਾਈ ਡੈਟ ਉਹਦਾ ਕਰਜ਼ਾ ਤੇਰੇ ਕਰਜ਼ੇ ਨੇ ਉਹ ਬਹੁਤੇ ਨੇ ਕੋਲ ਜਿਹੜਾ ਪੈਸਾ سرمਾਇਆ ਉਹ ਘਟ ਹੈ ਪਰ ਕਰਜ਼ਾ ਜ਼ਿਆਦਾ ਹੈ ਅਰਥਾਤ ਸਾਰੇ ਕੰਮ ਪੁੱਠੇ ਪੈ ਰਹੇ ਨੇ ਮਲੀ ਤੁਸੀਂ ਜਿਹੜੇ ਰਸਤੇ ਜਾ ਰਹੇ ਹੋ ਉਹਨਾਂ ਪਸੀਨਾ ਵੀ ਆ ਰਿਹਾ ਥਕੀਵਾ ਵੀ ਹੋ ਰਿਹਾ ਔਖਾ ਵੀ ਹੋ ਰਿਹਾ ਇਹ ਜਿਵੇਂ ਜਾਂਦਾ ਜਿਵੇਂ ਤੁਸੀਂ ਪੜਾਈ ਚ ਚੜਾਈ ਚੜਦੇ ਪਏ ਹੋ ਉੱਤੋਂ ਦੀ ਪੈਸਾ ਘਟੇ ਤੇ ਕਰਜ਼ੇ ਜ਼ਿਆਦਾ ਨੇ ਐਂਡ ਯੂ ਵਾਂਟ ਟੂ ਸਮਾਈਲ ਅਸੀਂ ਤੇ ਤੁਸੀਂ ਮੁਸਕਰਾਉਣਾ ਚਾਹੁੰਦੇ ਹੋ ਤੁਸੀਂ ਹੱਸਣਾ ਚਾਹੁੰਦੇ ਹੋ ਬਟ ਯੂ ਹੈਵ ਟੂ ਸਾਈ ਸਾਈ ਹੁੰਦਾ ਬੱਚਿਓ ਸਾਹ ਲੈਣਾ ਜਾਂ ਸਾਹ ਛੱਡਣਾ ਜਾਂ ਸਾਹ ਇਕੱਲੇ ਸਵਾਸ ਜੇ ਉਹਨਾਂ ਤੇ ਟੂ ਸਾਈ ਹੈ ਤੇ ਸਾਹ ਲੈਣਾ ਤੇ ਸਾਈ ਜੇ ਕੱਲਾ ਹੋਵੇ ਨਾ ਹੋਵੇ ਇਹ ਹੈਗਾ ਸਾਹ ਠੀਕ ਹੈ ਬਟ ਯੂ ਹੈਵ ਟੂ ਸਾਈ ਇੱਥੇ ਇਹਦਾ ਮਤਲਬ ਹੋਏਗਾ ਹੌਂਕਾ ਲੈਣਾ ਪਵੇ ਤੁਸੀਂ ਚਾਹੁੰਦੇ ਹੋ ਮੁਸਕਰਾਣਾ ਪਰ ਤੁਹਾਨੂੰ ਹੌਂਕਾ ਲੈਣਾ ਪੈ ਰਿਹਾ ਹੈ ਹੌਂਕਾ ਕਿਉਂ ਲੈਣਾ ਪੈ ਰਿਹਾ ਹੈ ਫੰਡਸ ਆਰ ਲੋ ਡੈਟਸ ਆਰ ਹਾਈ ਐਂਡ ਦੀ ਰੋਡ ਯੂ ਆਰ ਟੇਕਿੰਗ ਸੀਮਸ ਅਪ ਹਿੱਲ ਠੀਕ ਹੈ ਵੈਨ ਕੇਅਰ ਇਜ਼ ਪ੍ਰੈਸਿੰਗ ਯੂ ਡਾਊਨ ਅ ਬਿਟ ਕੇਅਰ ਮੈਨੇ ਚਿੰਤਾ ਫਿਕਰ ਇਸ ਪ੍ਰੈਸਿੰਗ ਯੂ ਡਾਊਨ ਅ ਬਿਟ ਤੁਹਾਨੂੰ ਥੱਲੇ ਨੂੰ ਦਬਾ ਪਾ ਰਹੀ ਹੈ ਤੁਹਾਨੂੰ ਢਾਂਦੀ ਪਈ ਹੈ ਚਿੰਤਾ ਵੀ ਤੁਹਾਨੂੰ ਥੋੜਾ ਬਹੁਤ ਢਾ ਰਹੀ ਹੈ ਤੁਹਾਡੇ ਤੇ ਦਬਾਅ ਪਾ ਰਹੀ ਹੈ ਫੇ ਕੀ ਕਰੋ ਕਹਿੰਦੇ ਰੈਸਟ ਕੋਈ ਗੱਲ ਨਹੀਂ ਬ੍ਰੇਕ ਲੈ ਲਓ ਆਰਾਮ ਕਰ ਲਓ ਇਫ ਯੂ ਮਸਟ ਜੇ ਚਾਹੀਦਾ ਹੀ ਹੈ ਜੇ ਅਤ ਜ਼ਰੂਰੀ ਹੈ ਤੇ ਬੇਸ਼ੱਕ ਆਰਾਮ ਕਰ ਲਓ ਬਟ ਡੋਨਟ ਯੂ ਕੁਇਟ ਪਰ ਮੈਦਾਨ ਨਾ ਛੱਡੋ ਹੌਸਲਾ ਨਾ ਛੱਡੋ ਦਿਲ ਨਾ ਹਾਰੋ ਮੈਦਾਨ ਛੱਡ ਕੇ ਨਾ ਭਜੋ ਲੋੜੇ ਆਰਾਮ ਕਰ ਲਓ ਰਿਫਰੈਸ਼ ਹੋ ਜਾਓ ਹੋ ਗਏ ਦੇਖੀਏ ਬੜੀ ਪ੍ਰੇਰਣਾਦਾਇਕ ਅੱਲਾ ਸ਼ਰੀ ਵਾਲੀ ਕਵਿਤਾ ਹੈ ਕਹਿੰਦੇ ਲਾਈਫ ਇਜ਼ ਕੁਇਰ ਕੁਇਰ ਮੈਨੇ ਅਜੀਬ ਅਜੀਬੋ ਗਰੀਬ ਨਾਰਮਲ ਐ ਨਹੀਂ ਕਿ ਜਿੱਦਾਂ ਅਸੀਂ ਚਾਹਦੇ ਹਾਂ ਰੋਜ਼ ਹੀ ਬਸੰਤ ਹੈਗੀ ਹੈ ਕਦੀ ਪੱਤ ਝੜ ਆ ਜਾਂਦੀ ਹੈ ਕਦੀ ਹੜ ਆ ਜਾਂਦੇ ਨੇ ਕਦੀ ਸੋਕਾ ਪੈ ਜਾਂਦਾ ਹੈ ਕਦੀ ਪੋਮਾਗ ਦੀ ਠੰਡ ਆ ਜਾਂਦੀ ਹੈ ਕਦੀ ਜੇਠੜ ਦੀ ਗਰਮੀ ਆ ਜਾਂਦੀ ਹੈ ਦੇਖੋ ਬਈ ਕਿਸਾਨ ਕਿੱਦਾਂ ਡਟੇ ਹੋਏ ਨੇ ਪੋਮਾਗ ਵਿੱਚ ਵੀ ਉਹਨਾਂ ਨੇ ਦਿੱਲੀ ਦੇ ਬਾਰਡਰ ਤੇ ਡਟੇ ਰਹੇ ਤੇ ਹੁਣ ਵੀ ਇੰਨੀ ਗਰਮੀ 'ਚ ਡਟੇ ਹੋਏ ਨੇ ਸੋ ਕਹਿੰਦੇ ਲਾਈਫ ਇਜ਼ ਕੁਇਰ ਲਾਈਫ ਬੜੀ ਅਜੀਬ ਹੈ ਜਿਹੜੇ ਉਤਰਾ ਚੜਾ ਹੁੰਦੇ ਨੇ ਵਿਦ ਇਟਸ ਟਵਿਟਸ ਐਂਡ ਟਰਨ ਟ੍ਰੀ ਸੈਂਟਰ ਨੂੰ ਇਹ ਉਤਰਾ ਉਤਰਾ ਜੜਾ ਕਈ ਕਿੱਦਾਂ ਕਰੀ ਇੱਧਰ ਤੋਂ ਖੱਬੇ ਮੋੜ ਆ ਗਿਆ ਕਦੀ ਸੱਜੇ ਮੋੜ ਆ ਗਿਆ ਕਦੀ ਕੋਣੀ ਮੋੜ ਆ ਗਿਆ ਅਰਥਾਤ ਅਣਚਿਤਵੇ ਬਦਲਾ ਆ ਸਕਦੇ ਨੇ ਗੁੰਝਲਦਾਰ ਹਾਲਾਤ ਬਣ ਸਕਦੇ ਨੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੁੰਦਾ ਹੈ ਐਜ਼ ਏਵਰੀ ਵਨ ਆਫ ਅਸ ਸਮ ਟਾਈਮਸ ਲਰਨਸ ਜੋ ਕਿ ਸਾਡੇ ਵਿੱਚੋਂ ਹਰ ਕੋਈ ਕਦੇ ਨਾ ਕਦੀ ਸਿੱਖ ਲੈਂਦਾ ਹੈ ਜ਼ਰੂਰੀ ਨਹੀਂ ਕਿ ਅੱਜ ਬੜਾ ਵਧੀਆ ਚੱਲ ਰਿਹਾ ਤੇ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਹੋਏਗਾ ਸੋ ਕਹਿੰਦੇ ਇਹ ਜਿਹੜੀ ਗੱਲ ਨੇ ਇਹ ਜ਼ਿੰਦਗੀ ਦੀ ਜਿਹੜੀ ਸੱਚਾਈ ਏ ਇਹ ਸਾਡੇ 'ਚੋ ਹਰ ਕੋਈ ਕਦੇ ਨਾ ਕਰੀ ਸਿੱਖ ਲਈ ਸਿੱਖ ਹੀ ਲੈਂਦਾ ਰਾਹ ਪਿਆ ਜਾਣੀ ਏ ਜਾਂ ਵਾਪੇ ਆ ਜਾਣੀ ਹੈ ਨਾ ਐਂਡ ਮੈਨੀ ਆਫ ਫੇਲਿਅਰ ਟਰਨਸ ਅਬਾਊਟ ਅਤੇ ਕਿੰਨੀਆਂ ਹੀ ਨਾਕਾਮਯਾਬੀਆਂ ਮੈਨੀ ਆਫ ਫੇਲਿਅਰ ਦਾ ਮਤਲਬ ਹੁੰਦਾ ਮੈਨੀ ਫੇਲੀਅਰਸ ਜੇ ਮੈਂ ਮੈਨੀ ਆਫ ਫੇਲਿਅਰ ਦੀ ਜਗ੍ਹਾ ਮੈਨੀ ਫੇਲੀਅਰਸ ਲਿਖ ਦਵਾਂ ਤੇ ਕੋਈ ਗੱਲ ਨਹੀਂ ਸੋ ਮੈਨੀ ਆ ਫੇਲਿਅਰਸ ਅਰਥਾਤ ਬਾਰ ਬਾਰ ਨਾਕਾਮਯਾਬੀ ਟਰਾਈ ਕੀਤਾ ਫੇਲ ਫੇਲ ਹੋ ਗਏ ਟਰਾਈ ਕੀਤਾ ਫੇਲ ਫੇਲ ਹੋ ਗਏ ਟਰਨਸ ਅਬਾਊਟ ਮੁੜ ਮੁੜ ਕੇ ਟਰਾਈ ਕੀਤਾ ਫਿਰ ਫੇਲਿਅਰ ਹੋ ਗਿਆ ਫਿਰ ਕੁਝ ਕੀਤਾ ਫੇਰ ਗੱਲ ਨਹੀਂ ਬਣੀ ਫੇਰ ਕੁਝ ਕੀਤਾ ਫੇਰ ਨਾਕਾਮਯਾਬੀ ਕਹਿੰਦੇ ਐਂਡ ਮੈਨੀ ਆ ਫੇਲਿਅਰ ਟਰਨਸ ਅਬਾਊਟ ਵੈਨ ਹੀ ਮਾਈਟ ਹੈਵ ਵਨ ਹੈਡ ਹੀ ਸਟਕ ਇਟ ਆਊਟ ਸਟਕ ਇਟ ਆਊਟ ਮਨ ਕੀ ਹੈਡ ਹੈਗਾ ਨਾ ਤੇ ਇਸ ਕਰਕੇ ਥਰਡ ਫਾਰਮ ਲੱਗੀ ਹੈ ਸੋ ਸਟਿਕ ਆਊਟ ਹੈਗਾ ਅਰਥਾਂ ਵਿੱਚ ਦੱਸਿਆ ਪ੍ਰੀ ਰੀਡਿੰਗ ਵਿੱਚ ਡਟੇ ਰਹਿਣਾ ਕਹਿੰਦੇ ਬੰਦਾ ਕੀ ਹੁੰਦਾ ਕਿ ਇੱਕ ਵਾਰ ਦੋ ਵਾਰ ਤਿੰਨ ਵਾਰ ਬੰਦਾ ਨਾਕਾਮ ਹੋਇਆ ਕਿ ਨਾ ਛੱਡੋ ਯਾਰ ਖੜਾ ਮੈਂ ਕਰਨਾ ਹੀ ਨਹੀਂ ਹੈਗਾ ਪਰ ਕਹਿੰਦੇ ਵੈਨ ਹੀ ਮਾਈਟ ਹੈਵ ਵਨ ਪਰ ਸ਼ਾਇਦ ਉਹ ਜਿੱਤ ਜਾਂਦਾ ਹੈਡ ਹੀ ਸਟੱਕ ਇਟ ਆਊਟ ਜੇ ਉਹ ਡਟਿਆ ਰਹਿੰਦਾ ਜਾਂ ਚੌਥੀ ਪੰਜਵੀਂ ਵਾਰ ਵੀ ਟਰਾਈ ਕਰਦਾ ਤੇ ਸ਼ਾਇਦ ਉਹਨੇ ਜਿੱਤ ਜਾਣਾ ਸੀ ਸੋ ਕਹਿੰਦੇ ਡੋਨਟ ਗਿਵ ਅਪ ਗਿਵ ਅਪ ਦਾ ਮਤਲਬ ਇਹ ਹੁੰਦਾ ਡੋਨਟ ਕੁਇਟ ਮਤਲਬ ਕਿ ਡੋਨਟ ਗਿਵ ਅਪ ਡੋਨਟ ਕੁਇਟ ਅਰਥਾਤ ਮੈਦਾਨ ਨਾ ਛੱਡੋ ਹਥਿਆਰ ਨਾ ਸੁਟੋ ਦੋ the pace seems slow pace hundi tor chaal toade kamm karan di chaal jedi hai na bachio oh kende beshak holi japay par maidan na chhaddo bache karna mein ek quote likhi sigi mera aadat hai main whatsapp te na koi prernadayak gallan likda te mainu ek yaad aayi si gall main bahut chire pehle likhi sigi oh is tarah hai kende fikr is gall di na karo ki putte hoye kadam chote han fikr is gall di karo ki kithay khadi na reh jayi ਬੰਦਾ ਕਿ ਉਹ ਸੋਚੇ ਰਹਿਂਦਾ ਹਾ ਇੰਨੀ ਦੂਰ ਰਿਣੀ ਦੂਰ ਰਿਣੀ ਦੂਰ ਉਤਰਦਾ ਹੀ ਨਹੀਂ ਹੈਗਾ ਪਰ ਜਿਹੜੇ ਤੁਰਨਾ ਸ਼ੁਰੂ ਕਰ ਦਿੰਦੇ ਨੇ ਇੱਕ ਕਦਮ ਦੋ ਕਦਮ ਤਿੰਨ ਕਦਮ ਬਚੋ ਸਫਰ ਕਿੰਨਾ ਵੀ ਲੰਬਾ ਕਿਉਂ ਨਾ ਹੋਵੇ ਹਮੇਸ਼ਾ ਪਹਿਲੇ ਕਦਮ ਤੋਂ ਹੀ ਉਹਦੀ ਸ਼ੁਰੂਆਤ ਹੁੰਦੀ ਹੈ ਸੋ ਇਸ ਕਰਕੇ ਕਹਿੰਦੇ ਡੋਨਟ ਗਿਵ ਅਪ ਦੋ ਦੀ ਪੇ ਸੀਮ ਸਲੋ ਐਨਾ ਸੋਚੋ ਕਿ ਕੰਮ ਹੌਲੀ ਚੱਲ ਰਿਹਾ ਹੈ ਤੁਹਾਡੀ ਤੋਰ ਹੌਲੀ ਹੈਗੀ ਹੈ ਪਰ ਕਹਿੰਦੇ ਮੈਦਾਨ ਨਾ ਛੱਡੋ ਯੂ ਮੇ ਸਕਸੀਡ ਵਿਦ ਅਨਦਰ ਬਲੋ ਬਲੋਨ ਦੀ ਛੱਟ ਹੋ ਸਕਦਾ ਇੱਕ ਹੋਰ ਛੱਟ ਮਾਰੋ ਤੇ ਤੁਸੀਂ ਤਾਂ ਜਬ ਹੋ ਜਾਓ ਇਹਦਾ ਕੀ ਮਤਲਬ ਹੈ ਵਿਦ ਅਨਦਰ ਬਲੋ ਹੁਣ ਬੱਚੋ ਜਿੱਦਾ ਉਦਾਹਰਣ ਲੈਂਦੇ ਆ ਮੰਨ ਲੇਕ ਬੜੀ ਸਖਤ ਚਟਾਨ ਪਈ ਹੈ ਠੀਕ ਹੈ ਮੈਂ ਉੱਤੇ ਸੱਟਾਂ ਮਾਰ ਰਿਹਾ ਥੋੜੀ ਦੇ ਨਾਲ ਇੱਕ ਮਾਰੀ ਦੋ ਮਾਰੀ ਤਿੰਨ ਮਾਰੀ ਕੁਛ ਨਹੀਂ ਹੋ ਰਿਹਾ ਕ੍ਰੈਕ ਨਹੀਂ ਆ ਰਹੀ ਉਹ ਚ ਤਰੇਡ ਨਹੀਂ ਆ ਰਹੀ ਮੈਂ 99 ਸੱਟਾਂ ਮਾਰੀਆਂ ਮੈਂ ਛੱਡੋ ਯਾਰ 99 ਸੱਟਾਂ ਮਾਰੀਆਂ ਇਹਦੇ ਟੁੱਟਦੀ ਨਹੀਂ ਹੈਗੀ ਤੇ ਮੇਰੇ ਕਿਸੇ ਮਿੱਤਰ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਹੈ ਕਹਿੰਦਾ ਨਹੀਂ ਜਸ਼ਪਾਲ ਸਿੰਘ ਕੋਈ ਗੱਲ ਨਹੀਂ ਯਾਰ ਤੂੰ 99 ਮਾਰੀਆਂ ਚਲ 100 ਪੂਰੇ ਕਰਦੇ ਮੇਰੇ ਕਹਿਣ ਤੇ ਤੇ ਮੈਂ ਕਿਹਾ ਲੈ ਠੀਕ ਹੈ ਨੇ ਵਗਾ ਕੇ ਇੱਕ ਸੱਟ ਹੋਰ ਮਾਰੀ ਸੋਵੀ ਤੇ ਉਹ ਕੀ ਹੋਇਆ ਚਟਾਨ ਟੁੱਟ ਗਈ ਅਨਦਰ ਬਲੋ ਇੱਕ ਹੋਰ ਬਲੋ ਅਰਥਾਤ ਕੁਝ ਪਤਾ ਨਹੀਂ ਕਿ ਆਖਰੀ ਪੁੱਟੇ ਹੋਇਆ ਕਦਮ ਜਿਹੜਾ ਹੈ ਤੁਹਾਨੂੰ ਤੁਹਾਡੀ ਮੰਜ਼ਲ ਤੇ ਲੈ ਜਾਵੇ ਸੋ ਯੂ ਮੇ ਸਕਸੀਡ ਵਿਦ ਅਨਦਰ ਬਲੋ ਹੋ ਸਕਦਾ ਹੈ ਇੱਕ ਹੋਰ ਸੱਟ ਜਿਹੜੀ ਹੈ ਉਹ ਤੁਹਾਨੂੰ ਕਾਮਯਾਬੀ ਵੱਲ ਲੈ ਜਾਵੇ ਇਹ ਕੀ ਕਹਿੰਦੇ ਕਹਿੰਦੇ ਆਫਟਰਨ ਦੀ ਗੋਲ ਇਜ਼ ਨੀਅਰਰ ਦੈਨ ਆਫਟਰ ਮੈਨੇ ਜ਼ਿਆਦਾਤਰ ਆਮ ਤੌਰ ਤੇ ਗੋਲ ਮੈਨੇ ਨਿਸ਼ਾਨਾ ਜਾਂ ਮੰਜ਼ਿਲ ਕਹਿੰਦੇ ਜ਼ਿਆਦਾਤਰ ਜਿਹੜੀ ਮੰਜ਼ਿਲ ਹੈ ਉਹ ਨੇੜੇ ਹੁੰਦੀ ਹੈ ਕਿਹਦੇ ਨਾਲ ਨੇੜੇ ਹੁੰਦੀ ਹੈ ਇਟ ਸੀਮਸ ਟੂ ਅ ਫੇਂਟ ਐਂਡ ਫਾਲਟਰਿੰਗ ਮੈਨ ਫੇਂਟ ਮੈਨ ਇੱਕ ਕਮਜ਼ੋਰ ਹੋਇਆ ਬੱਗਾ ਹੋਇਆ ਜੋ ਬਿਹੋਸ਼ੀ ਵਾਲੇ ਪਾਸੇ ਤੁਰ ਰਿਹਾ ਤੇ ਫਾਲਟਰਿੰਗ ਹੁੰਦੇ ਜੱਕੋ ਤੱਕੀ ਦਰਨ ਵਾਲਾ ਮਤਲਬ ਕਿ ਜਿਹੜਾ ਦੁਬਿਧਾ ਵਿੱਚ ਹੋਵੇ ਦੁਚਿੱਤਾ ਹੋਵੇ ਪੈਰ ਲੜ ਖੜਾਰੇ ਹੋਣ ਮਤਲਬ ਕਿ ਉਹਦਾ ਸਿਦਕ ਉਹਦਾ ਸਿਰੜ ਪੱਕਾ ਨਾ ਹੋਵੇ ਕਹਿੰਦੇ ਆਮ ਤੌਰ ਤੇ ਜਿਹੜਾ ਬੰਦਾ ਇਦਾਂ ਕਮਜ਼ੋਰ ਹੋਇਆ ਪਿਆ ਜੱਕੋ ਤੱਕੀ ਕਰਦਾ ਹੈ ਜਿੰਨਾ ਉਹਨੂੰ ਗੋਲ ਦੂਰ ਜਾਪਦਾ ਹੈ ਉਹਦੇ ਨਾਲੋਂ ਉਹ ਨੇੜੇ ਹੁੰਦਾ ਹੈ ਹੁਣ ਦੇਖੋ ਬੱਚੇ ਕਿ ਬੰਦੇ ਨੇ ਬੜੇ ਆਲਸੀ ਹੁੰਦੇ ਨੇ ਦੇਸਤੀ ਪਾਈ ਰੱਖਦੇ ਨੇ ਉਹ ਯਾਰ ਉੱਠ ਕੇ ਕੌਣ ਖੇਤਾਂ ਤੱਕ ਜਾਏਗਾ ਉਹ ਖੇਤ ਕਿਹੜਾ ਹੁੰਦਾ ਪਿੰਡ ਦੇ ਮੋਢੇ ਦੇ ਹੀ ਹੁੰਦਾ ਪਰ ਜਿਹੜੇ ਉਦੋਂ ਵੀ ਬੰਦੇ ਹੁੰਦੇ ਨੇ ਉਹ 8 8 10 10 ਕਿਲੋਮੀਟਰ ਤੁਰ ਲੈਣਦੇ ਨੇ ਮੈਨੂੰ ਫਰਕ ਹੀ ਨਹੀਂ ਪੈਂਦਾ ਸੋ ਇਹ ਡਿਪੈਂਡ ਕਰਦਾ ਹੈ ਸਾਰੀ ਮਨ ਦੀ ਅਵਸਥਾ ਦੇ ਉੱਤੇ ਹੈਗਾ ਕਹਿੰਦੇ ਨੇ ਉਦਮ ਅੱਗੇ ਲక్ష్ਮੀ ਅੱਖੇ ਅੱਗੇ ਪਾਉਣ ਤੇ ਕਹਿੰਦੇ ਦਲੇਦਰਾ ਕਰ ਗੋਲ ਵੀਰੀ ਦੱਸੋ ਚੋਏ ਕੌਣ ਸੋ ਇਸ ਕਰਕੇ ਜਿਹੜਾ ਐਫੇਂਟ ਤੇ ਫਲਟਰਿੰਗ ਜਿਹੜੀ ਹੈ ਐਟੀਟਿਊਡ ਹੈ ਸਾਨੂੰ ਇਹ ਤੋਂ ਬਚਣਾ ਚਾਹੀਦਾ ਅਸੀਂ ਕਦੀ ਐ ਨਹੀਂ ਕਹਿਣਾ ਚਾਹੀਦਾ ਹਾਇ ਮੈਂ ਥੱਕਿਆ ਹੋਇਆ ਹਾਂ ਹਾਇ ਮੈਂ ਮਰ ਗਿਆ ਹਾਇ ਮੈਂ ਟੁੱਟ ਗਿਆ ਜਾਂ ਆ ਮੇਰੇ ਕੋਲ ਹੋਣਾ ਨਹੀਂ ਤੇ ਜਿਹੜੇ ਬੰਦੇ ਇਦਾਂ ਕਰਦੇ ਨਾ ਉਹ ਸਮਝੋ ਉਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੰਗ ਹਾਰ ਜਾਂਦੇ ਨੇ ਸੋ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਗੋਲ ਹੈ ਬਹੁਤ ਦੂਰ ਨਜ਼ਰ ਆਉਂਦਾ ਹੈ ਸੋ ਕਹਿੰਦੇ ਅਸਲ ਵਿੱਚ ਜਿਹੜੇ ਇਹੋ ਜਿਹੇ ਬੰਦੇ ਜੋ ਕਹਿਣਗੇ ਇਹ ਕੰਮ ਬੜਾ ਔਖਾ ਹੈ ਅਸਲ ਵਿੱਚ ਕੰਮ ਸੌਖਾ ਹੁੰਦਾ ਹੈ ਇਹ ਉਹਨਾਂ ਦੀ ਨੀਅਤ ਕੰਮ ਕਰਨ ਦੀ ਨਹੀਂ ਹੁੰਦੀ ਉਨਾ ਕਰਕੇ ਗੋਲ ਜਿਹੜਾ ਦੂਰ ਜਾਪਦਾ ਪਰ ਕਹਿੰਦੇ ਆਫਨ ਦੀ ਗੋਲ ਇਜ਼ ਨੀਅਰਰ ਦੈਨ ਇਟ ਸੀਮਸ ਟੂ ਅ ਫੇਟ ਐਂਡ ਫਾਲਟਰਿੰਗ ਮੈਨ ਇੱਕ ਕਮਜ਼ੋਰ ਤੇ ਯੱਕੋ ਤੱਕੀ ਕਰਨ ਵਾਲੇ ਬੰਦੇ ਨੂੰ ਜਿੰਨਾ ਗੋਲ ਦੂਰ ਜਾਪਦਾ ਹੈ ਅਸਲ ਵਿੱਚ ਗੋਲ ਉਸ ਤੋਂ ਨੇੜੇ ਹੁੰਦਾ ਹੈ ਆਫਨ ਦੀ ਸਟ੍ਰਗਲਰ ਸਟ੍ਰਗਲਰ ਹੁੰਦਾ ਹੈ ਦੌੜ ਭੱਜ ਕਰਨ ਵਾਲਾ ਨਸ ਭੱਜ ਕਰਨ ਵਾਲਾ ਸੰਘਰਸ਼ ਕਰਨ ਵਾਲਾ ਕਹਿੰਦੇ ਆਫਨ ਦੀ ਸਟ੍ਰਗਲਰ ਹੈਜ਼ ਗਿਵਨ ਅਪ ਆਮ ਤੌਰ ਤੇ ਸੰਘਰਸ਼ ਕਰਨ ਵਾਲਾ ਕੀ ਕਰਦਾ ਉਹ ਮੈਦਾਨ ਛੱਡ ਦਿੰਦਾ ਹੈ ਤੇ ਕਦੋਂ ਛੱਡ ਦਿੰਦਾ व्हेਨ ਹੀ ਮਾਈਟ ਹੈਵ ਕੈਪਚਰਡ ਦੀ ਵਿਕਟਰਸ ਕੱਪ ਕੱਪ ਮੈਨੇ ਸ਼ੀਲਡ ਜਿਹੜਾ ਉਹ ਜਿਹੜੇ ਬੰਦੇ ਮੈਚ ਜਿੱਤਦੇ ਨੇ ਉਹਨਾਂ ਨੂੰ ਕੱਪ ਮਿਲਦਾ ਹੈ ਵਿਕਟਰ ਮੈਨੇ ਜੇਤੂ ਵਿਕਟਰਸ ਮੈਨੇ ਜੇਤੂ ਦਾ ਕੱਪ ਕੈਪਚਰ ਮੈਨੇ ਫੜ ਲੈਣਾ ਕਹਿੰਦੇ ਉਹ ਜਿਹੜਾ ਜਦੋਜਾਦ ਕਰਨ ਵਾਲਾ ਸੰਘਰਸ਼ ਕਰਨ ਵਾਲਾ ਉਸ ਵੇਲੇ ਮੈਦਾਨ ਛੱਡ ਦਿੰਦਾ ਹੈ ਜਦੋਂ ਹੋ ਸਕਦਾ ਹੈ ਉਹਨੇ ਉਹ ਜੇਤੂ ਕੱਪ ਆਪਣੇ ਹੱਥ ਵਿੱਚ ਫੜ ਲੈਣਾ ਸੀ ਕੈਪਚਰ ਮੈਨੇ ਫੜ ਲੈਣਾ ਗ੍ਰਿਫਤ ਵਿੱਚ ਲੈ ਲੈਣਾ ਕੰਟਰੋਲ ਵਿੱਚ ਲੈ ਲੈਣਾ ਕਹਿੰਦੇ ਉਦੋਂ ਮੈਦਾਨ ਛੱਡ ਦਿੰਦੇ ਨੇ ਜਦੋਂ ਉਹਨਾਂ ਨੇ ਮਾੜਾ ਜਾਂ ਹੋਰ ਅੱਲਾ ਸ਼ਰੀ ਕੀਤੀ ਹੁੰਦੀ ਤੇ ਸ਼ਾਇਦ ਉਹ ਜਿੱਤ ਦਾ ਕੱਪ ਜਿਹੜਾ ਸੀ ਉਹਨਾਂ ਦੇ ਹੱਥ ਵਿੱਚ ਹੋਣਾ ਸੀ ਐਂਡ ਹੀ ਲਰਨ ਟੂ ਲੇਟ ਵੈਨ ਦੀ ਨਾਈਟ ਕੇਮ ਡਾਊਨ ਨਾਈਟ ਕੇਮ ਡਾਊਨ ਵਾਲੀ ਜਦੋਂ ਰਾਤ ਪੈ ਗਈ ਅਰਥਾ ਜਦੋਂ ਸਮਾਂ ਨਿਕਲ ਗਿਆ ਹੁਣ ਪਛਤਾਵਾ ਆਇਆ ਕਹਿੰਦੇ ਐਂਡ ਹੀ ਲਰਨ ਟੂ ਲੇਟ ਪਰ ਇਹ ਗੱਲ ਉਹਨਾਂ ਨੂੰ ਜਦੋਂ ਮੈਦਾਨ ਛੱਡਿਆ ਫਿਰ ਬਹੁਤ ਦੇਰ ਬਾਅਦ ਸਮਝ ਆਈ ਕਿ ਹੁਣ ਤੇ ਮੌਕਾ ਹੱਥੋਂ ਨਿਕਲ ਗਿਆ ਐਂਡ ਹੀ ਲਰਨ ਟੂ ਲੇਟ ਵੈਨ ਦੀ ਨਾਈਟ ਕੇਮ ਡਾਊਨ ਫਿਰ ਜਦੋਂ ਦਿਨ ਟਲ ਗਿਆ ਦਿਨ ਖਤਮ ਹੋ ਗਿਆ ਤੇ ਰਾਤ ਪੈ ਗਈ ਅਰਥਾਤ ਮੌਕਾ ਹੱਥੋਂ ਨਿਕਲ ਗਿਆ ਹਾਊ ਕਲੋਸ ਹੀ ਵਾਸ ਟੂ ਦੀ ਗੋਲਡਨ ਕਰਾਊਨਸ ਕਰਾਊਨ ਮੈਨੇ ਤਾਜ ਗੋਲਡਨ ਮੈਨੇ ਸੁਨਹਿਰੀ ਸੋ ਗੋਲਡਨ ਕਰਾਊਨ ਸੁਨਹਿਰੀ ਤਾਜ ਕਹਿੰਦੇ ਉਹ ਸੁਨਹਿਰੀ ਤਾਜ ਦੇ ਕਿੰਨਾ ਜਿਹੜੇ ਸੀ ਉਹ ਤੇ ਉੱਥੇ ਪਹੁੰਚਿਆ ਹੀ ਹੋਇਆ ਸੀ ਸਕਸੈਸ ਇਜ਼ ਫੇਲਿਅਰ ਟਰਨਡ ਇਨਸਾਈਡ ਆਊਟ ਹੁਣ ਬੱਚੇ ਟਰਨ ਇਨਸਾਈਡ ਆਊਟ ਕੀ ਹੁੰਦਾ ਕੋਤਾ ਮੈਨੂੰ ਮੈਂ ਤੁਹਾਨੂੰ ਇੱਦਾਂ ਸਮਝਾਣਾ ਉਦਾਹਰਣ ਨਾਲ ਮਨੂੰ ਸਵੈਟਰ ਹੈ ਤੁਸੀਂ ਸਵੈਟਰ ਨੂੰ ਪੁੱਠਾ ਕਰ ਦਿਓ ਅੰਦਰਲਾ ਪਾਸਾ ਬਾਹਰ ਲਿਆਓ ਤੇ ਉਸੇ ਕੀ ਕੰਨਿਆ ði ਸਵੈਟਰ ਇਜ਼ ਟਰਨਡ ਇਨਸਾਈਡ ਆਊਟ ਤੇ ਤੁਸੀਂ ਇਹ ਸਮਝੋ ਮੇਡੀ ਸ਼ਰਟ ਹੈਗੀ ਹੈ ਸ਼ਰਟ ਦੀ ਮੈਂ ਜਿਹੜੀ ਬਾਹਾਂ ਨੇ ਉਹ ਅੰਦਰੋਂ ਖਿੱਚ ਕੇ ਬਾਹਰ ਨੂੰ ਕਰਦਾ ਹਾਂ ਪੁੱਠਾ ਪਾਸਾ ਕਰਦਾ ਹਾਂ ਕਹਿੰਦੇ ਵੀ ਇਹ ਬ੍ਰਾਂਡ ਪੁੱਠੀ ਕਰਦੀ ਐ ਸਵੈਟਰ ਪੁੱਠਾ ਕਰਦਾ ਅੰਦਰਲਾ ਪਾਸਾ ਬਾਹਰ ਲੈ ਆਂਦਾ ਤੇ ਬਾਹਰਲਾ ਪਾਸਾ ਅੰਦਰ ਹੋ ਗਿਆ ਕਹਿੰਦੇ ਇਦਾਂ ਸਕਸੈਸ ਹੋਰ ਫੇਲਿਅਰ ਹੈ ਕਿ ਦੂਜੇ ਪਾਸੇ ਹੀ ਸਕਸੈਸ ਹੈਗਾ ਉਹਲੇ ਉਹ ਇੱਕ ਪਰਦਾ ਹੀ ਸੀਗਾ ਤੇ ਬਸ ਉਨੀ ਕੀ ਦੂਰੀ ਹੁੰਦੀ ਹੈ ਸਕਸੈਸ ਔਰ ਫੇਲਿਅਰ ਦੇ ਵਿੱਚ ਬੰਦਾ ਉੱਥੇ ਮੁੜ ਜਾਂਦਾ ਪਰ ਥੋੜਾ ਜਿਹਾ ਹੋਰ ਅੱਗੇ ਵਧਿਆ ਹੁੰਦਾ ਤੇ ਕਾਮਯਾਬੀ ਉਹਦੇ ਹੱਥ ਵਿੱਚ ਆਣੀ ਸੀ ਕਹਿੰਦੇ ਸਕਸੈਸ ਇਜ਼ ਫੇਲੀਅਰ ਟਰਨਡ ਇਨਸਾਈਡ ਆਊਟ ਜਿਹੜੀ ਕਾਮਯਾਬੀ ਏ ਉਹ ਅਸਲ ਵਿੱਚ ਹੋਰ ਕੁਝ ਨਹੀਂ ਉਹ ਨਾਮ ਕਾ ਨਾ ਕਾਮਯਾਬੀ ਦਾ ਪੁੱਠਾ ਪਾਸਾ ਹੀ ਹੈ ਜਿਦਾਂ ਤੁਸੀਂ ਕੁਰਤੇ ਨੂੰ ਅੰਦਰਲਾ ਪਾਸਾ ਬਾਹਰ ਲੈ ਲੈਂਦਾ ਥੋੜਾ ਜਿਆ ਹੋਰ ਹਿੰਮਤ ਕਰੋ ਬਸ ਇੰਨਾ ਹੀ ਕੰਮ ਹੁੰਦਾ ਹੈ ਕਿ ਜਿਦਾਂ ਅਸੀਂ ਸਵੈਟਰ ਦਾ ਪੁੱਠਾ ਪਾਸਾ ਬਾਹਰ ਕਰ ਦਈਦਾ ਜਾਂ ਬਣਾਉਣ ਦਾ ਕਰ ਦਈਦਾ ਹੈ ਇਸੇ ਤਰ੍ਹਾਂ ਇੰਨਾ ਖੋਰ ਬੰਦੇ ਨੂੰ ਟਰਾਈ ਕਰਨੀ ਚਾਹੀਦੀ ਹੈ ਤੇ ਕਾਮਯਾਬੀ ਹੱਥ ਵਿੱਚ ਆ ਜਾਂਦੀ ਹੈ ਫਿਰ ਕੀ ਕਹਿੰਦੇ ది సిల్వర్ టింట్ టింట్ ਤੁਹਾਨੂੰ ਦੱਸਿਆ ਸੀ ਬੱਚਿਓ ਹਲਕੀ ਸ਼ੇਡ ਕਿਸੇ ਵੀ ਰੰਗ ਦੀ ਸੋ সিলవర్ ਮੈਨੇ ਚਾਂਦੀ ਆਫ ਦੀ ਕਲਾਊਡਸ ਆਫ ਡਾਊਟ ਹੁਣ ਇੱਥੇ ਕਲਾਊਡਸ ਮੈਨੇ ਬੱਦਲ ਤੇ ਡਾਊਟ ਮੈਨੇ ਹੁੰਦਾ ਸੰਸਾ ਸ਼ੱਕ ਦੁਚਿੱਤਾਪਨ ਦੁਚਿੱਤੇਪਨ ਦੇ ਜਿਹੜੇ ਕਾਲੇ ਬੱਦਲ ਨੇ ਉਹਨਾਂ ਵਿੱਚ ਜਿਹੜੀ ਹਲਕੀ ਜਿਹੀ ਚਾਂਦੀ ਦੀ ਆਸ ਦੀ ਕਿਰਨ ਹੈ ਤੁਸੀਂ ਦੇਖ ਲਓ ਬੱਚਿਓ সিলవర్ ਇਨ ਦੀ ਕਲਾਊਡ ਅਸੀਂ ਕਹਿੰਨੇ ਆ ਅਰਥਾਤ ਕਾਲੇ ਬੱਦਲਾਂ 'ਚ ਦੇਖੋ ਬੱਚਿਓ ਇੱਕ ਵਾਰ ਸਿਰੇ ਉੱਤੇ ਨਾ ਚਿੱਟਾ ਚਮਕਦਾਰ ਛੜੀ ਨਜ਼ਰ ਆਂਦੀ ਹੁੰਦੀ ਹੈ ਸਾਨੂੰ ਉਹ ਕੀ ਇੱਕ ਆਸ ਦੀ ਕਿਰਨ ਹੈ ਕੀ ਹੈ ਸੋ ਕਹਿੰਦੇ ਜਿਹੜੇ ਸੰਸੇ ਦੇ ਕਾਲੇ ਬੱਦਲ ਨੇ ਉਹਨਾਂ ਵਿੱਚ ਜਿਹੜੀ ਹਲਕੀ ਚਿੱਟੀ ਚਾਂਦੀ ਹੈ ਉਹ ਇੱਕ ਆਸ ਦੀ ਕਿਰਨ ਹੈ ਮਣਕਿ ਹਿੰਮਤ ਨਾ ਹਾਰੋ ਐਂਡ ਯੂ ਨੈਵਰ ਕੈਨ ਟੈਲ ਜਸਟ ਹਾਊ ক্লোਜ਼ ਯੂ ਆਰ ਤੇ ਤੁਸੀਂ ਇਸ ਬਾਰੇ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਤੁਸੀਂ ਆਪਣੇ ਪੜਾ ਦੇ ਆਪਣਾ ਜਿਹੜਾ ਉਹ ਤੁਹਾਡਾ ਮੰਜ਼ਿਲ ਹੈਗੀ ਹੈ ਆਪਣੀ ਜਿਹੜੀ ਕਾਮਯਾਬੀ ਹੈ ਉਹਦੇ ਕਿੰਨੇ ਨੇੜੇ ਹੋ ਇਟ ਮੇ ਬੀ ਨੀਅਰ ਵੈਨ ਇਟ ਸੀਮਸ ਅਫਾਰ ਕਹਿੰਦੇ ਜਦੋਂ ਉਹ ਬਹੁਤ ਦੂਰ ਜਾਪਦੀ ਹੈ ਅਸਲ ਵਿੱਚ ਉਹ ਹੋ ਸਕਦਾ ਬਹੁਤ ਨੇੜੇ ਹੋਵੇ ਤੁਹਾਨੂੰ ਹੀ ਲੱਗ ਰਿਹਾ ਕਿ ਦੂਰ ਹੈ ਪਰ ਅਸਲ ਵਿੱਚ ਨੇੜੇ ਹੈ ਸੋ ਸਟਿਕ ਟੂ ਦਾ ਫਾਈਟ ਸਟਿਕ ਟੂ ਦਾ ਫਾਈਟ ਉਹਨਾਂ ਵੀ ਡਟੇ ਰਹੋ ਫਾਈਟ ਮੈਨੇ ਇਸ ਜਦੋ ਜਹਦ ਵਿੱਚ ਸੰਘਰਸ਼ ਵਿੱਚ ਟਟੇ ਰਹੋ ਸਟਿਕ ਟੂ ਦਾ ਫਾਈਟ ਵੀ ਜਿਹੜੇ ਜਿਹੜੀ ਤੁਸੀਂ ਮਿਹਨਤ ਕਰ ਰਹੇ ਹੋ ਜਦੋ ਜਦ ਕਰ ਰਹੇ ਹੋ ਸੰਘਰਸ਼ ਕਰ ਰਹੇ ਹੋ ਉਹਨਾਂ ਜੁੜੇ ਰਹੋ ਉਹਦੇ ਚ ਲੱਗੇ ਰਹੋ ਉਹਨੂੰ ਕਹਿੰਦੇ ਸਟਿਕ ਟੂ ਦਾ ਫਾਈਟ ਵੈਨ ਯੂ ਆਰ ਹਾਰਡੇਸਟ ਹਿਟ ਹਿਟ ਮੈਨੇ ਜਦੋਂ ਹਾਲਾਤ ਪੁੱਠੇ ਪਾਸੇ ਪੈ ਰਹੇ ਹੋਣ ਹਾਰਡੇਸਟ ਹਿੱਟ ਮਨੇ ਅੱਤ ਦੇ ਪੁੱਠੇ ਪੈ ਰਹੇ ਹੋਣ ਜਦੋਂ ਤੁਹਾਡੇ ਤੇ ਜਿਹੜੇ بڑے ਹੱਥ ਵਿੱਚ ਕੰਮ ਨਹੀਂ ਹੋ ਰਹੇ ਉਹ ਅੱਤ ਹੋ ਜਾਏ ਤੁਹਾਡਾ ਬੁਰਾ ਹਾਲ ਹੋ ਜਾਏ ਥੱਕ ਜਾਓ ਟੁੱਟ ਜਾਓ ਪਸੀਨੇ ਆ ਗਏ ਸਾਰਾ ਸਰਮਾਇਆ ਵੀ ਲੋਟੇ ਸਭ ਕੁਝ ਖਰਾਬ ਖਤਮ ਹੋ ਗਿਆ ਕਹਿੰਦੇ ਉਦੋਂ ਬਲੇਗੀ ਆਪਣਾ ਮੈਦਾਨ ਨਾ ਛੱਡੋ ਗੁਰਬਾਣੀ ਵੀ ਕਹਿੰਦੀ ਸੂਰਾ ਸੋ ਪਹਿਚਾਨੀ ਹੈ ਲੜੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕਟਮਰੇ ਕਬੂ ਨਾ ਛਾੜੇ ਖੇਤ ਸੋ ਜਿਹੜਾ ਸਿੱਧਕੁਰ ਸਿਰੜ ਜਿਹੜਾ ਹੈ ਉਹ ਕੈਮਰ ਖਣਾ ਚਾਹੀਦਾ ਸੋ ਸਟਿਕ ਟੂ ਦੀ ਫਾਈਟ ਵੈਨ ਯੂ ਆਰ ਹਾਰਡੇਸਟ ਹਿਟ ਇਟ ਇਜ਼ ਵੈਨ ਥਿੰਗ ਸੀਮ ਵਰਸਟ ਕਹਿੰਦੇ ਉਦੋਂ ਹੀ ਹੈ ਜਦੋਂ ਜਿਹੜੇ ਹਾਲਾਤ ਨੇ ਅੱਤ ਦੇ ਮਾੜੇ ਜਾਪਦੇ ਹਨ ਵਰਸਟ ਮੈਨੇ ਸਭ ਤੋਂ ਖਰਾਬ ਤੁਹਾਨੂੰ ਲੱਗਦਾ ਵੀ ਇਸ ਤੋਂ ਖਰਾਬ ਹਾਲਤ ਤੇ ਹੋ ਹੀ ਨਹੀਂ ਸਕਦੀ ਥੈਟ ਯੂ ਮਸਟ ਨਾਟ ਕੁਇਟ ਕਹਿੰਦੇ ਉਹੀ ਵੇਲਾ ਹੁੰਦਾ ਜਦੋਂ ਤੁਹਾਨੂੰ ਮੈਦਾਨ ਨਹੀਂ ਛੱਡਣਾ ਚਾਹੀਦਾ ਜਦੋਂ ਤੁਹਾਨੂੰ ਗੋਡੇ ਨਹੀਂ ਝੇਕਣੇ ਚਾਹੀਦੇ ਜਦੋਂ ਤੁਹਾਨੂੰ ਹਥਿਆਰ ਨਹੀਂ ਸੁੱਟਣੇ ਚਾਹੀਦੇ ਜਦੋਂ ਤੁਹਾਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਦੋਂ ਦਿਲ ਨਹੀਂ ਹਾਰਨਾ ਚਾਹੀਦਾ ਜਦੋਂ ਹਿੰਮਤ ਨਹੀਂ ਹਾਰਨੀ ਚਾਹੀਦੀ ਜਦੋਂ ਸਾਰੇ ਕੰਮ ਬਿਲਕੁਲ ਪੁੱਠੇ ਭਾਰੇ ਹੋਣ ਉਦੋਂ ਵੀ ਉਸ ਵੇਲੇ ਤੇ ਤੁਹਾਨੂੰ ਬਿਲਕੁਲ ਡਟੇ ਰਹਿਣਾ ਚਾਹੀਦਾ ਹੈ ਸੋ ਐਸੀ ਪਿਆਰੇ ਬੱਚਿਓ ਬੜੀ ਵਧੀਆ ਇੱਕ ਪ੍ਰੇਰਣਾਦਾਇਕ ਮੋਟੀਵੇਸ਼ਨਲ ਕਵਿਤਾ ਤੇ ਚੰਗੀ ਹੈ ਮਤਲਬ ਕਿ ਇਦਾਂ ਹੀ ਹੈ ਜ਼ਿੰਦਗੀ ਬੱਚਿਓ ਸੰਘਰਸ਼ ਹੈ ਕਦੇ ਦੁੱਖ ਆਉਂਦੇ ਨੇ ਕਦੇ ਸੁੱਖ ਆਉਂਦੇ ਨੇ ਤੇ ਕਦੀ ਪਤਝੜ ਆਉਂਦੀ ਕਦੀ ਬਸੰਤ ਆਉਂਦੀ ਹੈ ਸੋ ਜ਼ਿੰਦਗੀ ਚ ਵਿੱਚੋ ਇਸ ਤਰ੍ਹਾਂ ਹੀ ਹੈ ਹੁਕਮ ਲਿਖ ਦੁੱਖ ਸੁੱਖ ਪਈਏ ਪਰਮਾਤਮਾ ਦੀ ਖੇਡ ਹੈਗੀ ਹੈ ਸੋ ਦੁੱਖ ਨੂੰ ਵੀ ਸਿਰ ਮੱਥੇ ਪਰਵਾਨ ਕਰਨਾ ਚਾਹੀਦਾ ਹੈ ਤੇ ਸੁੱਖ ਵਿੱਚ ਬਹੁਤਾ ਸਾਨੂੰ ਖੁਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਚੀਜ਼ਾਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਸੋ ਐਡਗਰ ਏ ਗੈਸਟ ਦੀ ਇੱਕ ਕਵਿਤਾ ਲਿਖੀ ਹੋਈ ਸੀਗੀ ਸੋ ਇਸੇ ਤਰ੍ਹਾਂ ਡਟ ਕੇ ਮਿਹਨਤ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓਜ਼ ਵਿੱਚ ਅਸੀਂ ਇਸੇ ਲੈਸਨ ਦੀਆਂ ਜਿਹੜੀ ਐਕਟੀਵਿਟੀਆਂ ਨੇ ਉਹ ਇੱਕ ਇੱਕ ਕਰਕੇ ਤੁਹਾਡੇ ਲਈ ਲੈ ਕੇ ਆਵਾਂਗੇ ਤਦ ਤੱਕ ਲਈ ਗੁੱਡ ਬਾਏ